ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਵਨੇਰਾ ਟੀਵੀ ਤੇ ਮੈਂ ਆ ਸੁਖਵਿੰਦਰ ਸ਼ੇਰਗਿੱਲ। ਅੱਜ ਗੱਲ ਕਰਾਂਗੇ ਉਹਨਾਂ ਆਪ ਵਿਧਾਇਕਾਂ ਦੀ ਜਿਹੜੇ ਹੁਣ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਨੇ। ਕਿਹਾ ਇਹ ਜਾ ਰਿਹਾ ਸੀ ਉਹਨਾਂ ਦੇ ਵੱਲੋਂ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਉਹਨਾਂ ਦੇ ਵਿੱਚ ਉਹਨਾਂ ਨੂੰ ਬਣਦਾ ਮਾਣ ਸਤਿਕਾਰ ਹੈ ਜਿਹੜਾ ਉਹ ਨਹੀਂ ਮਿਲ ਰਿਹਾ, ਅਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਉਹ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਨੇ। ਪਰ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਉਹਨਾਂ ਨੂੰ ਕੁਝ ਜਿਹੜਾ ਬਣਦਾ ਮਾਣ ਸਤਿਕਾਰ ਹੈ ਇੱਥੇ ਵੀ ਨਹੀਂ ਮਿਲ ਰਿਹਾ। ਉਹਨਾਂ ਦਾ ਭਵਿੱਖ ਦੇ ਵਿੱਚ ਕੀ ਹੋਏਗਾ ਅਤੇ ਆਉਣ ਵਾਲੇ 2022 ਦੇ ਵਿੱਚ ਕੀ ਸਾਰੇ ਵਿਧਾਇਕਾਂ ਨੂੰ ਟਿਕਟਾਂ ਮਿਲ ਪਾਉਣਗੀਆਂ ਜਾਂ ਨਹੀਂ, ਅਤੇ ਉਹਨਾਂ ਦਾ ਭਵਿੱਖ ਕੀ ਰਹਿਣ ਵਾਲਾ, ਇਸ ਸਾਰੇ ਮੁੱਦੇ 'ਤੇ ਗੱਲਬਾਤ ਕਰਾਂਗੇ। ਅਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਪ੍ਰੋਫੈਸਰ ਬਲਵਿੰਦਰ ਸਿੰਘ ਟਿਵਾਣਾ ਜੀ। ਟਿਵਾਣਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ, ਧੰਨਵਾਦ। ਟਿਵਾਣਾ ਸਾਹਿਬ, ਆਮ ਆਦਮੀ ਪਾਰਟੀ ਤੋਂ ਨਾਰਾਜ਼ ਹੋ ਕੇ ਕਈ ਵਿਧਾਇਕ ਨੇ ਜਿਹੜੇ ਆਮ ਆਦਮੀ ਪਾਰਟੀ ਦੇ, ਉਹ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਸਨ, ਅਤੇ ਸਾਡੇ ਦਰਸ਼ਕਾਂ ਨੂੰ ਵੀ ਪਤਾ ਅਤੇ ਤੁਹਾਨੂੰ ਵੀ ਪਤਾ ਕਿ ਜਦੋਂ ਸਿੱਧੂ ਸਾਹਿਬ ਹੋਰਾਂ ਦੀ ਤਾਜਪੋਸ਼ੀ ਹੋਈ ਤਾਂ ਖੁਦ ਸੁਖਪਾਲ ਸਿੰਘ ਖਹਿਰਾ ਹੋਰੀ ਲਾਸਟ ਲਾਈਨ ਦੇ ਵਿੱਚ ਸੀ, ਅਤੇ ਉਸ ਤੋਂ ਬਾਅਦ ਹੁਣ ਥੋੜ੍ਹੇ ਦਿਨ ਪਹਿਲਾਂ ਨਵਜੋਤ ਸਿੰਘ ਸਿੱਧੂ ਹੋਰੀ ਪ੍ਰੈਸ ਕਾਨਫਰੰਸ ਕਰ ਰਹੇ ਸਨ, ਅਤੇ ਉੱਥੇ ਜਗਦੇਵ ਕਮਾਲੂ ਹੋਰੀ ਪਹੁੰਚੇ ਅਤੇ ਉਹਨਾਂ ਨੂੰ ਕੁਰਸੀ 'ਤੇ ਬੈਠਣ ਨਹੀਂ ਦਿੱਤਾ ਗਿਆ। ਇਸ ਤੋਂ ਬਾਅਦ ਇੱਕ ਵੀਡੀਓ ਹੋਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਵੀ ਜਗਦੇਵ ਕਮਾਲੂ ਹੋਰਾਂ ਨਾਲ ਜੁੜੀ ਹੋਈ ਹੈ ਕਿ ਉਹਨਾਂ ਤੋਂ ਜਿਹੜਾ ਇੱਕ ਪੱਤਰ ਖੋਹ ਲਿਆ ਜਾਂਦਾ। ਕਿਹਾ ਇਹ ਜਾ ਰਿਹਾ ਸੀ ਕਿ ਸਾਨੂੰ ਮਾਣ ਸਤਿਕਾਰ ਨਹੀਂ ਮਿਲ ਰਿਹਾ, ਅਤੇ ਹੁਣ ਕਾਂਗਰਸ ਪਾਰਟੀ ਦੇ ਵਿੱਚ ਅਜਿਹਾ ਜਾਪਦਾ ਨਹੀਂ, ਤਾਂ ਇਹਨਾਂ ਜਿਹੜੇ ਵਿਧਾਇਕ ਨੇ ਇਹਨਾਂ ਦਾ ਕੀ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਹੋ ਸਕਦਾ ਜੀ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਹਰਿਆਣੇ ਤੋਂ ਸ਼ੁਰੂ ਹੋਇਆ ਸੀ ਆਇਆ ਰਾਮ ਗਿਆ ਰਾਮ, ਡਿਫੈਕਸ਼ਨ ਜਿਹੜੀ ਆ, ਇੱਕ ਪਾਰਟੀ ਤੋਂ ਦੂਜੀ ਪਾਰਟੀ ਚਲੇ ਜਾਣਾ, ਦੂਜੀ ਤੋਂ ਤੀਜੀ ਚਲੇ ਜਾਣਾ, ਹੈ ਨਾ ਜੀ। ਭਜਨ ਲਾਲ ਉਹਦੇ ਮੇਨ ਸੀਗੇ, ਭਜਨ ਲਾਲ ਵੇਲੇ ਸਰਕਾਰਾਂ ਤੋੜਨ ਭੱਜਣ ਦਾ ਜਿਹੜਾ ਸੀ, ਅਤੇ ਫਿਰ ਅਲਟੀਮੇਟਲੀ ਇੰਨਾ ਚੱਲਣ ਹੋ ਗਿਆ ਕਿ ਇਹਦੇ ਲਈ ਪਾਰਲੀਮੈਂਟ 'ਚ ਐਕਟ ਪਾਸ ਕਰਨਾ ਪਿਆ, ਐਂਟੀ ਡਿਫੈਕਸ਼ਨ ਲਾਅ, ਅਤੇ ਉਹ ਐਂਟੀ ਡਿਫੈਕਸ਼ਨ ਲਾਅ 'ਚ ਹੁਣ ਜੇ ਤੁਸੀਂ ਜਾਣਾ ਫਿਰ 2/3 ਬੰਦੇ ਚਾਹੀਦੇ ਆ, ਉਹ ਹੈ ਨਹੀਂ ਗਾ। ਹੁਣ ਬੰਦੇ ਜਿਹੜੇ ਆ ਉਹ MLA ਬਣ ਜਾਂਦੇ ਆ, ਅਤੇ ਆਮ ਆਦਮੀ ਪਾਰਟੀ 'ਚ ਇਹ ਹੈ ਕਿ ਉਦੋਂ ਲੱਗਦਾ ਸੀ ਸਰਕਾਰ ਬਣੂੰਗੀ, ਸਰਕਾਰ ਬਣੀ ਨਹੀਂ, ਅਤੇ ਜਿੱਤ ਕੇ ਮੇਨ ਆਪੋਜੀਸ਼ਨ ਪਾਰਟੀ ਬਣ ਗਈ, ਲੀਡਰ ਆਫ ਆਪੋਜੀਸ਼ਨ ਵੀ ਬਣ ਗਿਆ। ਉਹ ਹੁਣ ਇੱਕ ਲੀਡਰ ਆਪੋਜੀਸ਼ਨ ਜਿਹੜਾ ਸੁਖਪਾਲ ਸਿੰਘ ਖਹਿਰਾ, ਉਹ ਆਮ ਆਦਮੀ ਪਾਰਟੀ ਦਾ ਲੀਡਰ ਆਫ ਆਪੋਜੀਸ਼ਨ ਰਹਿ ਕੇ ਫਿਰ ਕਾਂਗਰਸ ਚਲਿਆ ਗਿਆ। ਗੱਲ ਹੈਗੀ ਹੈ ਕਿ ਬੰਦਿਆਂ ਦੀ ਕ੍ਰੈਡੀਬਿਲਟੀ ਜਿਹੜੀ ਆ ਬਹੁਤ ਲੋਅ ਹੈ, 0 ਹੀ ਹੈ, ਕਿ ਜੋ ਮਰਜ਼ੀ ਕਰੀ ਜਾਓ, ਕੁਛ ਵੀ ਕਰੀ ਜਾਓ, ਉਹਨਾਂ ਨੂੰ ਇਹ ਲੱਗਦਾ ਵੀ ਲੋਕਾਂ ਨੇ ਕਿਹੜਾ ਪੁੱਛਣਾ ਜਾਂ ਕਰਨਾ। ਹੁਣ ਇਹਦੇ 'ਚ 2-3 ਗੱਲਾਂ ਨੇ ਕਿ ਜੇ 4 ਬੰਦੇ MLA ਟੁੱਟ ਕੇ ਚਲੇ ਗਏ ਅਤੇ ਉਹਨਾਂ ਨੂੰ ਪਤਾ ਵੀ ਹੈ, ਨਾ ਤਾਂ ਆਮ ਆਦਮੀ ਪਾਰਟੀ ਕਹਿੰਦੀ ਵੀ ਇਹਨਾਂ ਨੂੰ ਕੱਢੋ, ਜੇ ਉਹਨਾਂ ਨੂੰ ਕੱਢ ਦਿਓ ਫਿਰ ਉਹ ਮੇਨ ਆਪੋਜੀਸ਼ਨ ਪਾਰਟੀ ਨਹੀਂ ਰਹਿੰਦੀ, ਫਿਰ ਅਕਾਲੀ ਦਲ ਬਣ ਜਾਂਦਾ, ਫਿਰ ਉਹ ਖੁੱਸ ਜਾਂਦੀ ਹੈ, ਨਾ ਉਹ ਕਾਂਗਰਸ ਕੱਢਦੀ ਹੈ, ਹੈ ਨਾ। ਕਾਂਗਰਸ ਨੂੰ ਵੀ ਲੱਗਦਾ ਆਮ ਆਦਮੀ ਪਾਰਟੀ ਨੂੰ ਆਪੋਜੀਸ਼ਨ ਦਾ ਬਣਾਈ ਰੱਖੋ, ਅਕਾਲੀਆਂ ਨੂੰ ਕਾਹਨੂੰ ਬਣਾਉਣਾ, ਇਹਨਾਂ ਦੇ ਹੱਥ ਕਿਉਂ ਦੇਣੀ ਹੈ। ਇੱਕ ਪੋਲੀਟਿਕਸ ਚੱਲਦੀ ਆ ਰਿਹਾ, ਪਹਿਲੀ ਵਾਰੀ ਹੋ ਰਿਹਾ ਕਿ ਬਹੁਤ ਦੇਰ ਦੇ ਉਹ ਬੰਦੇ ਛੱਡ ਕੇ ਕਾਂਗਰਸ ਚਲੇ ਗਏ, ਹੈ ਨਾ, ਉੱਥੇ ਜਾ ਵੀ ਰਹੇ ਆ, ਉਹਨਾਂ ਦੀ ਐਕਟੀਵਿਟੀ 'ਚ ਵੀ ਹੋ ਰਹੇ ਹੈ, ਅਤੇ ਉਹਨਾਂ ਨੂੰ ਨਾ ਆਮ ਆਦਮੀ ਪਾਰਟੀ ਕਹਿੰਦੀ ਹੈ ਵੀ ਇਹਨਾਂ ਦੀ ਖਾਰਜ ਕਰੋ ਜੀ, MLAship MLA ਹੀ ਖਾਰਜ ਕਰਨੇ ਬਣਦੇ ਆ, ਨਾ ਉਹਨਾਂ ਨੂੰ ਕਾਂਗਰਸ ਕਹਿ ਰਹੀ ਹੈ ਵੀ ਇਹ ਛੱਡ ਕੇ ਆ ਗਏ, ਡਿਫੈਕਸ਼ਨ ਕਰਕੇ ਆ ਗਏ, ਅਤੇ ਇਹਨਾਂ ਨੂੰ ਖਤਮ ਕਰੋ ਕਿਉਂਕਿ ਉਹ ਸੂਟ ਕਰ ਰਹੇ ਆ ਕਾਂਗਰਸ ਨੂੰ, ਹੈ ਨਾ ਜੀ। ਸੋ ਪਰ ਦੂਜੀ ਗੱਲ ਜਿਹੜੀ ਤੁਸੀਂ ਕਰ ਰਹੇ ਹੋ ਕਿ ਉਹਦੇ ਨਾਲ ਉੱਦਣ ਉੱਥੇ ਹੋਇਆ ਕਿ ਉਹਨਾਂ ਨੇ ਬੈਠਣ ਲੱਗੇ ਕੁਰਸੀ ਤੋਂ ਵੀ ਰੋਕਤਾ ਵੀ ਤੂੰ ਨਹੀਂ ਬੈਠਣਾ, ਉਹ ਆਪਣਾ ਬੇਸ਼ਰਮ ਜਿਹਾ ਹੋ ਕੇ ਇੱਧਰੋਂ ਉੱਧਰੋਂ ਕਰਕੇ ਬਾਹਰ ਨਿਕਲ ਗਏ। ਕੱਲ੍ਹ ਉਹ ਇੱਕ ਚਿੱਠੀ ਦੇਣੀ ਸੀਗੀ ਅਪੁਆਇੰਟਮੈਂਟ, ਉਹਨੇ ਫੜ ਲਿਆ, ਮੁੜ ਕੇ ਫੜ ਲਿਆ। ਜਿਹੜਾ ਬੰਦਾ ਆਪਣੀ ਪਾਰਟੀ ਦਾ
ਆਪਣੀ ਥਾਂ ਤੋਂ ਹੀ ਨਹੀਂ ਰਿਹਾ, ਉਹਨੂੰ ਦੂਜੇ ਪਾਸੇ ਕੀ ਇੱਜ਼ਤ ਮਿਲਣੀ ਹੁੰਦੀ ਹੈ, ਹੈ ਨਾ। ਜੇ ਤੁਸੀਂ ਆਪਣੀ ਧਿਰ ਦੇ ਨਾਲ ਖੜ੍ਹੇ ਹੋ, ਘੱਟੋ ਘੱਟ ਇੱਕ ਟਰਮ ਤਾਂ ਪੂਰੀ ਕੱਟ ਜਾਓ, ਹੈ ਨਾ। ਇੱਕ ਨਹੀਂ ਕੱਟਣੀ, ਦੋ ਨਹੀਂ ਕੱਟਣੀਆਂ, ਤਾਂ ਇੱਕ ਤਾਂ ਪੂਰੀ ਲਾ ਜਾਓ, ਠੀਕ ਹੈ। ਉਹ ਵੀ ਨਹੀਂ ਲਾਈ, ਉਹ ਕਾਂਗਰਸ 'ਚ ਗਏ ਕਿਉਂ, ਵੀ ਹੁਣ ਇਹਦੀ ਸਰਕਾਰ ਅਕਾਲੀ ਦਲ 'ਚ ਕਿਉਂ ਨਹੀਂ ਗਏ, ਉਹ ਇਸ ਕਰਕੇ ਗਏ ਵੀ ਕਾਂਗਰਸ ਤੋਂ ਕੁਛ ਲੈਣਾ ਚਾਹੁੰਦੇ ਸੀਗੇ ਉਹ, ਹੈ ਨਾ। ਉਹਨਾਂ ਨੂੰ ਕੋਈ ਪੁੱਛ ਪ੍ਰਤੀਤ ਵਧਣ ਦਾ ਮਤਲਬ ਕੀ ਹੈ ਕਿ ਆਮ ਆਦਮੀ ਪਾਰਟੀ ਤਾਂ ਕੁਛ ਦੇ ਨਹੀਂ ਸਕਦੀ, ਉਹਦੇ ਕੋਲ ਤਾਂ ਲੀਡਰ ਆਫ ਆਪੋਜੀਸ਼ਨ ਹੀ ਸੀਗਾ, ਹੈ ਨਾ। ਜਾਂ ਉਹ ਕਮੇਟੀਆਂ ਹੁੰਦੀਆਂ ਅਸੈਂਬਲੀ ਦੀਆਂ, ਉਹਦੇ 'ਚ ਤੁਸੀਂ ਮੈਂਬਰ ਬਣ ਜਾਓਗੇ, ਹੈ ਨਾ। ਉਹਦੇ 'ਚ ਮੈਂਬਰ ਬਣੇ, ਇਹਦੇ 'ਚ ਤੁਸੀਂ ਜਿਹੜਾ ਲੀਡਰ ਆਫ ਆਪੋਜੀਸ਼ਨ ਹੈ, ਤਿੰਨ ਆਪੋਜੀਸ਼ਨ ਲੀਡਰ ਆਫ ਆਪੋਜੀਸ਼ਨ ਦਾ ਤੁਸੀਂ ਆਪ ਹੀ, ਪਹਿਲਾਂ ਫੂਲਕਾ ਸਾਹਿਬ ਸੀਗੇ, ਫਿਰ ਸੁਖਪਾਲ ਸਿੰਘ ਖਹਿਰਾ ਸੀਗੇ, ਹੁਣ ਉਹ ਚੀਮਾ। ਇਹਦੇ ਤੋਂ ਵੱਧ ਤਾਂ ਕੁਛ ਹੈ ਨਹੀਂ। ਇਹਦਾ ਮਤਲਬ ਕੋਈ ਚੇਅਰਮੈਨ ਨਹੀਂ ਲੈਣ ਲਈ, ਕੋਈ ਹੋਰ ਕੋਈ ਕੁਰਸੀ ਲੈਣ ਲਈ, ਤੁਸੀਂ ਇੱਥੋਂ ਛੱਡ ਕੇ ਨਹੀਂ, ਤੁਹਾਨੂੰ ਤਨਖਾਹ ਮਿਲਦੀ, ਸਾਰਾ ਕੁਛ ਮਿਲਦਾ MLA ਦਾ, ਫਿਰ ਤਾਂ ਇਹ ਹੈ ਆਮ ਆਦਮੀ ਪਾਰਟੀ 'ਚ ਜਾਂ ਕਿਸੇ ਦੇ ਜਾਇਜ਼ ਨਜਾਇਜ਼ ਕੋਈ ਕੰਮ ਕਰਾਉਣ ਲਈ, ਤੁਸੀਂ ਉਸ ਕਰਕੇ ਗਏ, ਤੁਸੀਂ ਲੜੇ ਤਾਂ ਨਹੀਂ ਨਾ। ਤੁਸੀਂ ਲੋਕਾਂ ਲਈ ਜਿਹੜੇ ਮਸਲੇ ਆ ਉਹਨਾਂ ਨੂੰ ਲੈ ਕੇ ਕੋਈ ਸੰਘਰਸ਼ ਨਹੀਂ ਕੀਤਾ, ਉਹਦੇ ਲਈ ਖੜ੍ਹੇ ਨਹੀਂ, ਉਹਦੇ ਲਈ ਲੜੇ ਨਹੀਂ। ਤੁਸੀਂ ਤਾਂ ਇੱਕ ਖਰਾਤ ਮੰਗਣ ਲਈ ਗਏ। ਜੇ ਤੁਸੀਂ ਮੰਗਤੇ ਦੇ ਤੌਰ 'ਤੇ ਜਾਣਾ, ਫਿਰ ਮੰਗਤੇ ਵਾਲਾ ਹੀ ਬੈਗਰਸ ਆਰ ਨੋਟ ਚੂਜ਼ਰਸ, ਹੈ ਨਾ। ਇਹੀ ਕਿਹਾ ਜਾਂਦਾ ਨਾ ਵੀ ਫਿਰ ਤੁਸੀਂ ਮੰਗਣ ਲਈ ਗਏ ਹੋ ਤਾਂ ਮੰਗਤੇ ਦੇ ਰੂਪ 'ਚ ਫਿਰ ਇਹੀ ਟ੍ਰੀਟਮੈਂਟ ਹੋਊਗਾ ਤੁਹਾਡੇ ਨਾਲ, ਹੈ ਨਾ ਜੀ। ਸੋ ਇਸ ਲਈ ਇੱਕ ਬੜਾ ਵਿਚਿੱਤਰ ਚੱਲਣ ਜਿਹੜਾ ਨਾ ਇਸ ਅਸੈਂਬਲੀ 'ਚ ਹੋਇਆ ਪੰਜਾਬ ਦੇ 'ਚ, ਜਿਹੜਾ ਲੋਕਾਂ ਨਾਲ ਵੀ ਧੋਖਾ, ਜਿੱਥੋਂ ਤੁਸੀਂ ਜਿੱਤ ਗਏ ਆਮ ਆਦਮੀ ਪਾਰਟੀ ਨੂੰ, ਨੌਜਵਾਨਾਂ ਨੇ ਜਿਵੇਂ ਦੀ ਸਪੋਰਟ ਕੀਤੀ ਉਹਨਾਂ ਨਾਲ ਵੀ ਧੋਖਾ, ਅਤੇ ਇੱਕ ਕੌਂਸਟੀਟਿਊਸ਼ਨ ਜਿਹੜਾ ਉਹਦੇ ਨਾਲ ਵੀ ਧੋਖਾ। ਹਿੰਦੁਸਤਾਨ ਦੇ ਸੰਵਿਧਾਨ ਨੂੰ ਬਚਾਉਣ ਦੀ ਗੱਲ ਕਰ ਰਹੀ ਕਾਂਗਰਸ, ਉਹਦੇ ਨਾਲ ਵੀ ਧੋਖਾ। ਯਾਰ ਇਹ ਜਿਹੜਾ ਸਪੀਕਰ ਸਾਹਿਬ ਹੈ ਸਾਡੇ, ਉਹਨਾਂ ਵੱਲੋਂ ਮਤਲਬ ਇਹ ਨੋਟਿਸ ਨਾ ਲੈਣਾ ਕਿ ਬਈ ਇਹ ਬੰਦੇ ਪਾਰਟੀ ਕਿਸੇ ਹੋਰ ਦੇ ਹੈ, ਫਿਰਦੇ ਕਿਤੇ ਹੋਰ ਹੈ, ਅਤੇ ਇਹਨਾਂ 'ਤੇ ਐਂਟੀ ਡਿਫੈਕਸ਼ਨ ਲਾ ਲਾਉਣਾ ਬਣਦਾ, ਉਹ ਵੀ ਇੱਕ ਗਲਤ ਗੱਲ ਹੈ। ਸੋ ਇਹ ਪੂਰਾ ਜਿਹੜਾ ਸਾਡਾ ਲੋਕਤੰਤਰ ਹੈ ਨਾ, ਉਹਦਾ ਮਤਲਬ ਇੱਕ ਤਰ੍ਹਾਂ ਦਾ ਕਹਾਣੀ ਹੈ ਇਹ, ਕਿ ਤੁਸੀਂ ਜਿੱਤੋ ਕਿਸੇ ਹੋਰ ਪਾਰਟੀ 'ਚ, ਫਿਰੀ ਕਿਤੇ ਹੋਰ ਜਾਓ। ਲਾ ਕਹਿੰਦਾ ਵੀ ਇਹਨਾਂ ਨੂੰ ਖਾਰਜ ਕਰੋ ਉਹਨਾਂ ਦੀ MLAship, ਅਤੇ ਉਹ ਮੌਜਾਂ ਨਾਲ ਤੁਰੇ ਫਿਰਦੇ ਆ, ਹੈ ਨਾ ਜੀ। ਉਹ ਸੰਵਿਧਾਨ ਦੇ ਕਿੱਥੋਂ ਰੱਖੇ ਹੋ ਗਏ, ਫਿਰ ਸੰਵਿਧਾਨ ਦੇ ਕਿੱਥੇ ਖੜ੍ਹੇ ਹੋ ਗਏ, ਅਤੇ ਜੇ ਐਂਟੀ ਡਿਫੈਕਸ਼ਨ ਲਾ ਨਹੀਂ ਤੁਸੀਂ ਮੰਨਦੇ, ਅਤੇ ਇਸ ਲਈ ਉਹ ਨਾ ਤਾਂ ਲੋਕਾਂ ਪੱਖੀ ਹੈ, ਨਾ ਉਹ ਸੰਵਿਧਾਨ ਪੱਖੀ ਹੈ, ਨਾ ਉਹ ਪੰਜਾਬ ਪੱਖੀ ਹੈ। ਉਹ ਤਾਂ ਆਪਣੇ ਯੋਗੇ ਰਹਿ ਗਏ, ਅਤੇ ਆਪਣੇ ਯੋਗਿਆਂ ਨਾਲ ਫਿਰ ਜੇ ਕੁਛ ਹੋ ਰਿਹਾ ਤਾਂ ਉਹ 'ਚ ਲੋਕਾਂ ਨੇ ਕੀ ਲੈਣਾ ਦੇਣਾ, ਚਾਹੇ ਕੋਈ ਉਹਨਾਂ ਨੂੰ ਥੱਲੇ ਲਾ ਦੇ ਸਟੇਜ ਤੋਂ, ਚਾਹੇ ਕੋਈ ਲੈਟਰ ਖੋਲ੍ਹੇ, ਚਾਹੇ ਬੈਠਣ ਦੇਵੇ। ਇਸ ਲਈ ਕਿਸੇ ਨੇ ਕੋਈ ਉਹ ਨਹੀਂ ਕਰਿਆ, ਹੋਊਗਾ ਵੀ ਇਹੀ, ਹੈ ਨਾ ਜੀ। ਅਤੇ ਸੁਖਪਾਲ ਸਿੰਘ ਖਹਿਰਾ ਹੋਣੀ ਦਾ ਘੁੰਮ ਘੁੰਮਾ ਕੇ ਫਿਰ ਕਾਂਗਰਸ ਚਲੇ ਗਏ, ਹੁਣ ਉੱਥੇ ਵੀ ਹਲੇ ਰੌਲਾ ਵਗੌਲਾ ਚੱਲੀ ਜਾਂਦਾ। ਆਹ ਜਿਹੜੇ ਰਾਣਾ ਗੁਰਜੀਤ ਸੋਢੀ ਬਣਿਆ, ਉਹਦੇ 'ਤੇ ਵੀ ਉਹਨਾਂ ਨੇ ਲਿਖ ਲੁਖ ਕੇ ਦਿੱਤਾ, ਹੈ ਨਾ ਜੀ, ਕਈ ਕੁਛ ਹੈ। ਸੋ ਇਸ ਲਈ ਸਾਡੀ ਨਾ ਇਹ ਜਿਹੜੀ ਪੋਲੀਟੀਕਲ ਕਲਾਸ ਹੈ ਨਾ, ਲੋਕ MLA ਹੈ ਜਾਂ ਸਿਆਸੀ ਜਿਹੜੇ ਹੈ, ਇਹ ਖਾਸ ਤੌਰ 'ਤੇ ਇਸ ਤਰ੍ਹਾਂ ਦੇ ਜਿਹੜੇ ਅਕਾਲੀ ਦਲ 'ਚ ਹੈਗੇ ਆ, ਆਮ ਆਦਮੀ ਪਾਰਟੀ ਦੇ ਵੀ ਇਹ MLA ਇਹੀ ਸ਼ੋਅ ਕਰਦੇ ਆ, BJP ਦੇ ਵੀ ਹੈਗੇ, ਕਾਂਗਰਸ ਦੇ, ਇਹਨਾਂ ਦਾ ਕੋਈ ਲੈਵਲ ਨਹੀਂ ਰਹਿ ਗਿਆ, ਹੈ ਨਾ। ਉਹ ਲੈਵਲ ਜਿਹੜਾ ਮਤਲਬ ਅੱਜ ਤੁਸੀਂ ਸਵੇਰੇ ਕਿਤੇ ਹੋਰ ਹੋ, ਸ਼ਾਮ ਨੂੰ ਕਿਤੇ ਹੋਰ ਹੋ, ਤੁਹਾਨੂੰ ਟਿਕਟ ਮਿਲ ਗਈ ਫਿਰ ਇੱਥੇ, ਨਹੀਂ ਟਿਕਟ ਮਿਲੀ ਕਿਤੇ ਹੋਰ ਹੋ, ਹੈ ਨਾ। ਬਹੁਤ ਖਬਰਾਂ ਹੁਣ ਦਸੰਬਰ 'ਚ ਆਉਣਗੀਆਂ ਵੀ ਫਲਾਣੀ ਪਾਰਟੀ ਦਾ ਛੱਡ ਕੇ ਫਲਾਣੀ ਜੁਆਇਨ ਕਰ ਗਿਆ, ਉਹਨੂੰ ਹਾਰ ਪਾ ਲਿਓ, ਉਹਦਾ ਛੱਡ ਕੇ ਉਹਨੂੰ
ਆ ਗਿਆ ਸ਼ਾਮਿਲ ਹੋ ਗਿਆ, ਹੁਣ ਵੀ ਆ ਰਹੀ ਹੈ ਵੀ ਪੰਜਾਬ ਕਾਂਗਰਸ ਛੱਡ ਕੇ ਅਕਾਲੀ ਦਲ ਸ਼ਾਮਿਲ ਹੋ ਗਏ, ਅਕਾਲੀ ਦਲ ਛੱਡ ਕੇ ਉਹ ਮਤਲਬ ਤੁਹਾਡਾ ਲੈਵਲ ਕੀ ਰਹਿ ਗਿਆ? ਲੋਕ ਜਿਹਨੂੰ ਤੁਸੀਂ ਕਹਿੰਦੇ ਹੋ ਵੀ ਅਸੀਂ ਲੋਕਾਂ ਲਈ ਇਹ ਕੰਮ ਕਰਾਂਗੇ ਹੋਰ ਕਰਾਂਗੇ, ਪਹਿਲਾਂ ਐਟਲੀਸਟ ਉਹਦਾ ਵਿਸ਼ਵਾਸ ਲੋਕਾਂ ਦਾ ਬਣੇ ਨਾ ਵੀ ਹਾਂ ਵੀ ਅਸੀਂ ਇਹਨੂੰ ਇਹ ਵੋਟਾਂ ਪਾਈਆਂ, ਇਹ ਬੰਦਾ ਇਸ ਪਾਰਟੀ ਨਾਲ ਹੈ, ਇਸ ਪਾਰਟੀ ਨਾਲ ਖੜ੍ਹਾ, ਅਤੇ ਉੱਥੇ ਖੜ੍ਹੇ ਤਾਂ ਸਹੀ, ਉੱਥੇ ਉੱਥੇ ਖੜ੍ਹਨ ਦਾ ਮਾਦਾ ਤਾਂ ਰੱਖੇ, ਅਤੇ ਫਿਰ ਜੇ ਉਹ ਚਲਾ ਜਾਂਦਾ ਤਾਂ ਅੱਜ ਦੀ ਤਰੀਕ 'ਚ ਪਾਰਟੀ ਵੀ ਇਹ ਰੱਖੇ, ਅਪੋਜੀਸ਼ਨ ਰਹੇ ਨਾ ਰਹੇ ਮੇਨ ਅਪੋਜੀਸ਼ਨ ਹੈ ਨਾ, ਤੁਸੀਂ ਇਹ ਤਾਂ ਹੋਵੇ ਵੀ ਹਾਂ ਵੀ ਇਹ ਬੰਦੇ ਗਲਤ ਕਰ ਗਏ, ਇਹ ਇਹ ਨੈਤਿਕ ਪੱਧਰ 'ਤੇ, ਕਾਨੂੰਨੀ ਤੌਰ 'ਤੇ ਵੀ, ਨੈਤਿਕ ਪੱਧਰ 'ਤੇ ਵੀ ਇਹ ਠੀਕ ਹੀ ਨਹੀਂ ਹੈ, ਇਹ ਜਸਟੀਫਾਈ ਨਹੀਂ ਕਰਿਆ ਜਾ ਸਕਦਾ, ਇਹ ਲੋਕਾਂ ਨਾਲ ਧੋਖਾ ਨਾ, ਉਹਨਾਂ ਲੋਕਾਂ ਨਾਲ ਜਿਹੜਾ ਉਹਨਾਂ ਨੇ ਜਿੱਤ ਕੇ ਇਹਨਾਂ ਨੂੰ ਪਹੁੰਚਾਇਆ ਆਪਣੇ ਕੰਮ ਲਈ ਇੱਕ ਪਾਰਟੀ ਦੇ ਨਾਂ 'ਤੇ, ਉਹਨਾਂ ਨਾਲ ਧੋਖਾ ਕਰਿਆ ਇਹਨਾਂ ਨੇ, ਉਹਨਾਂ ਨੂੰ ਧੋਖਾ ਦੇ ਕੇ ਕਿਤੇ ਹੋਰ ਗਏ ਆਪਣੇ ਨਿੱਜੀ ਹਿੱਤ ਲਈ, ਉਹ ਵੀ ਨਹੀਂ ਹੋ ਰਿਹਾ ਨਾ, ਉਹ ਵੀ ਨਹੀਂ ਕੀਤਾ ਗਿਆ। ਸੋ ਇਸ ਲਈ ਇਹ ਚਾਹੀਦਾ ਸਾਨੂੰ, ਮਤਲਬ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਨੂੰ ਸੀਰੀਅਸਲੀ ਸੋਚਣਾ ਚਾਹੀਦਾ ਵੀ ਇਹ ਕੀ ਹੋ ਰਿਹਾ ਹੈ ਨਾ, ਲੋਕਾਂ ਨਾਲ ਵਾਅਦਿਆਂ ਨਾਲ ਇਹ ਕੀ ਵਫਾ ਕਰਨਗੇ ਬੰਦੇ, ਜੇ ਇਹ ਮਤਲਬ ਕਿਸੇ ਪਾਰਟੀ ਨਾਲ ਹੀ ਖੜਕੇ ਵਫਾ ਨਹੀਂ ਕਰ ਰਹੇ ਹੈ ਨਾ, ਪਾਰਟੀ ਨਾਲ ਖੜਕੇ ਤਾਂ ਵਫਾ ਕਰੋ ਨਾ, ਫਿਰ ਲੋਕਾਂ ਨਾਲ ਤਾਂ ਕਰੋਗੇ, ਲੋਕ ਤਾਂ ਕੁਛ ਵੀ ਨਹੀਂ ਹੈ ਜਦ ਤੁਸੀਂ ਪਾਰਟੀ ਨਾਲ ਹੀ ਨਹੀਂ। ਸੋ ਇਸ ਲਈ ਇਹ ਵੱਡਾ ਮਸਲਾ ਜਿਹੜਾ ਇਹ ਚੱਲਣਾ, ਇਹ ਸ਼ੋਅ ਕਰਦਾ ਕਿ ਬਹੁਤ ਲੋਅ ਲੈਵਲ 'ਤੇ ਅਸੀਂ ਚਲੇ ਗਏ ਹਾਂ, ਜਿਹੜੀ ਸਾਡੀ ਪੋਲੀਟੀਕਲ ਕਲਾਸ ਹੈ। ਅੱਛਾ ਟਿਵਾਣਾ ਸਾਹਿਬ, ਇੱਕ ਚੀਜ਼ ਹੋਰ ਹੈ ਕਿ ਜੇਕਰ ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ ਛੱਡ ਦਿੱਤਾ ਜਾਵੇ, ਭਲੱਤ ਸੀਟ ਨੂੰ ਛੱਡ ਦਿੱਤਾ ਜਾਵੇ, ਤਾਂ ਇਸ ਤੋਂ ਇਲਾਵਾ ਜਗਦੇਵ ਕਮਾਲੂ ਹੋਰਾਂ ਵਾਲੀ ਮੌੜ ਹੋਵੇ, ਜਾਂ ਪਿਰਮਲ ਖਾਲਸਾ ਹੋਰਾਂ ਦੀ ਭਦੌੜ ਹੋਵੇ, ਜਾਂ ਫਿਰ ਹੋਰ ਜਿਹੜੇ ਵੀ ਬਾਗੀ ਵਿਧਾਇਕ ਨੇ ਉਹਨਾਂ ਦੀਆਂ ਸੀਟਾਂ ਹੋਣ, ਉਹਨਾਂ ਸੀਟਾਂ 'ਤੇ ਜਾਂ ਤਾਂ ਕਾਂਗਰਸ ਦੇ ਸਾਬਕਾ ਵਿਧਾਇਕ ਨੇ ਜਾਂ ਫਿਰ ਮਜ਼ਬੂਤ ਦਾਅਵੇਦਾਰ ਨੇ, ਤਾਂ ਇਹਨਾਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ 2022 ਦੇ ਵਿੱਚ ਕਾਂਗਰਸ ਕੀ ਕਰੇਗੀ? ਭਲੱਤ ਸੀਟ ਨੂੰ ਛੱਡ ਦਿੱਤਾ ਜਾਵੇ ਤਾਂ ਉਹਨਾਂ ਦੀ ਸੀਟ ਪੱਕੀ, ਉਹਨਾਂ ਦੀ ਟਿਕਟ ਮਿਲ ਜਾਣੀ ਆ, ਉਸ ਉਹਨਾਂ ਤੋਂ ਇਲਾਵਾ ਬਾਕੀ ਨੇ ਜਿਹੜੇ ਉਹਨਾਂ ਨੂੰ ਕਾਂਗਰਸ ਪਾਰਟੀ ਕਰੇਗੀ ਕੀ? ਜਾਂ ਤਾਂ ਆਪਣਿਆਂ ਨੂੰ ਨਾਰਾਜ਼ ਕਰਨਾ ਪਊਗਾ, ਜਾਂ ਫਿਰ ਇਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ, ਜਾਂ ਫਿਰ ਟਿਕਟਾਂ ਨਹੀਂ ਮਿਲਣੀਆਂ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ, ਕੀ ਇਹਨਾਂ ਨੂੰ ਟਿਕਟਾਂ ਮਿਲਣਗੀਆਂ ਜਾਂ ਫਿਰ ਜਿਹੜੇ ਪੁਰਾਣੇ ਕਾਂਗਰਸੀ ਨੇ ਉਹਨਾਂ ਨੂੰ ਮਿਲਣਗੀਆਂ? ਦੇਖੋ, ਜਿਹੜੇ ਇਹ MLA ਆਮ ਆਦਮੀ ਪਾਰਟੀ ਛੱਡ ਕੇ ਗਏ ਹੈ, ਆਮ ਆਦਮੀ ਪਾਰਟੀ ਤਾਂ ਟਿਕਟ ਦਿੰਦੀ ਨਹੀਂ, ਉਹ ਤਾਂ ਚਲੇ ਗਏ। ਇਹ ਹੈ ਆਮ ਆਦਮੀ ਪਾਰਟੀ ਨੇ ਇੱਕ ਆਪਣਾ ਬਚਾਉਣ ਲਈ ਵੀ ਮੇਨ ਅਪੋਜੀਸ਼ਨ ਹੈ, ਉਹਨਾਂ ਨੂੰ ਕੱਢਣ ਲਈ ਕੋਈ ਚਿੱਠੀ ਪੱਤਰ ਨਹੀਂ ਕੀਤਾ, ਚਾਰਾਜੋਈ ਨਹੀਂ ਕੀਤੀ। ਜਿੱਥੋਂ ਤੱਕ ਕਾਂਗਰਸ ਦਾ, ਅਤੇ ਕਾਂਗਰਸ ਮੈਨੂੰ ਨਹੀਂ ਲੱਗਦਾ ਵੀ ਜਿਹੜੇ ਬੰਦੇ ਇਸ ਤਰ੍ਹਾਂ ਛੱਡ ਕੇ ਉਹਨਾਂ ਨਾਲ ਜਿਸ ਤਰ੍ਹਾਂ ਦਾ ਟ੍ਰੀਟਮੈਂਟ ਹੁਣ ਹੋ ਰਿਹਾ, ਕਾਂਗਰਸ ਦਾ ਤਾਂ ਕੋਈ ਬੰਦਾ ਨਹੀਂ ਬੋਲਿਆ ਵੀ ਇਹਨਾਂ ਨਾਲ ਕਿਉਂ ਤੁਸੀਂ ਕਰ ਰਹੇ ਹੋ, ਬਈ ਕਿਉਂ ਹੋਣਾ ਚਾਹੀਦਾ ਹੈ ਜੀ। ਇਸ ਲਈ ਵੀ ਉਹਨਾਂ 'ਚ ਵੀ ਕੋਈ ਵੇਟ ਹੈਗਾ, ਜਾਂ ਉਹਨਾਂ ਪਿੱਛੇ ਕੋਈ ਕਾਂਗਰਸੀ ਲੀਡਰ ਹੈਗਾ, ਐਸਾ ਵੀ ਕੁਛ ਨਹੀਂ ਲੱਗਦਾ ਉਹਨਾਂ ਨਾਲ। ਮੈਨੂੰ ਨਹੀਂ ਲੱਗਦਾ ਕੋਈ ਬਹੁਤ ਵਧੀਆ ਟ੍ਰੀਟਮੈਂਟ ਹੋਣ ਵਾਲੀ ਹੈ, ਟਿਕਟਾਂ ਮੈਨੂੰ ਨਹੀਂ ਲੱਗਦਾ ਵੀ ਦੇਣਗੇ, ਜਿੰਨਾ ਕੁ ਜਿੰਨੇ ਕੁ ਰੌਲੇ ਜਿੰਨੇ ਕੁ ਗਰੁੱਪ ਕਾਂਗਰਸ 'ਚ ਹੁਣ ਬਣ ਗਏ ਹੈ ਨਾ, ਜਿੰਨੇ ਕੁ ਹੈਗੇ ਆ ਉਹ ਆਪਣਿਆਂ ਨੂੰ ਸੰਭਾਲ ਲੈਣਗੇ ਕੀ ਹੈ। ਜਿੱਥੋਂ ਤੱਕ ਸੁਖਪਾਲ ਖਹਿਰੇ ਦਾ ਲੱਗਦਾ, ਇਹ ਹੋ ਸਕਦਾ ਉਹਨੂੰ ਮਿਲ ਜੇ, ਕਿਉਂਕਿ ਉਹ ਪੁਰਾਣਾ ਕਾਂਗਰਸੀ ਹੈ, ਪੁਰਾਣੇ ਕਾਂਗਰਸ ਤੋਂ ਹੀ ਆਇਆ ਸੀਗਾ, ਉੱਥੇ ਮੁੜ ਗਿਆ। ਪਰ ਉਹਦੇ ਉਹ ਵੀ ਜਿਹੜਾ ਜਿੰਨੀ ਘਟਨਾਕ੍ਰਮ ਪਿਛਲੇ 3-4 ਦਿਨਾਂ ਦਾ ਹੋ ਰਿਹਾ, ਉਹਦੇ 'ਤੇ ਕੋਈ ਖਾਸ ਇੰਪੋਰਟੈਂਸ ਜਾਂ ਮੂਹਰੇ ਉਹ ਨਹੀਂ ਆਇਆ, ਕੋਈ ਉਸ ਤਰ੍ਹਾਂ ਦਾ ਨਹੀਂ ਹੈ ਇੱਕ ਇੰਨੀ ਆਈ ਵੀ ਹਾਂ ਜੀ ਉਹਨਾਂ ਨੇ ਕੋਈ ਚਿੱਠੀ ਲਿਖੀ ਹੈ। ਪਰ ਉਹ ਇੱਕ ਪੁਰਾਣਾ ਹੈਗਾ, ਉਹਦਾ ਇੱਕ ਪਰਿਵਾਰਕ ਜਿਹੜਾ ਪਿਛੋਕੜ ਵੀ ਹੈਗਾ, ਉਹ ਹੋ ਸਕਦਾ ਕਾਂਗਰਸ ਮਤਲਬ ਕਰ ਲਏ। ਮੈਨੂੰ ਬਾਕੀਆਂ ਦਾ ਨਹੀਂ ਲੱਗਦਾ ਕਿ ਬਹੁਤ ਬੋਦਰ ਕਰੂਗੀ ਉਹਨਾਂ ਦਾ ਮਾਸ ਬੇਸ, ਜੇ ਉਹਨਾਂ ਦਾ ਮਾਸ ਬੇਸ ਹੁੰਦਾ ਇੰਨੇ ਸਟਰੋਂਗ ਹੀ ਹੁੰਦੇ ਉਹ, ਫਿਰ ਤਾਂ ਆਮ ਆਦਮੀ ਪਾਰਟੀ ਬਿਲਡ ਕਰਦੇ ਨਾ, ਅਗਲੇ ਸਾਲ ਦੀ ਟਿਕਟ, ਅਗਲੀ ਵਾਰੀ ਦੀ ਟਿਕਟ ਜਿਹੜੀ ਆ ਉਹ ਪੱਕੀ ਕਰਦੇ। ਉਹਨਾਂ ਨੂੰ ਲੱਗਿਆ ਵੀ ਆਪਾਂ ਨੂੰ ਤਾਂ ਇੱਕ ਟਰਮ ਮਿਲ ਗਈ ਇਹ,
ਅਤੇ ਲੋਕਾਂ ਨੇ ਆਪਾਂ ਦੇਤਾ ਵੀ ਹੁਣ ਇਹਦੇ 'ਚ ਜੋ ਕੁਛ ਬਣਦਾ ਬਣਾ ਲਓ, ਉਹਦੇ 'ਚ ਕੋਈ ਨੈਤਿਕਤਾ, ਹੋਰ ਆਈਡੀਓਲੋਜੀਕਲ ਵਿਚਾਰਧਾਰਕ, ਹੋਰ ਸੰਦਰਭ, ਲੋਕਾਂ ਦਾ ਹਿੱਤ, ਹੋਰ ਕੁਛ ਨਹੀਂ ਹੈ ਨਾ ਉਹਦਾ, ਸਿੰਪਲ ਹੈ। ਸੋ ਉਹ 'ਚ ਆਮ ਆਦਮੀ ਪਾਰਟੀ 'ਚ ਤਾਂ ਇੱਕ ਸੀਟ 'ਤੇ 6-7 ਜਿਹੜੇ ਵਿਧਾਇਕ ਬਣਨ ਲਈ, ਟਿਕਟ ਲੈਣ ਲਈ, ਹੈ ਨਾ ਜੀ, ਇਲੈਕਸ਼ਨ ਲੜਨ ਲਈ ਆਲਰੇਡੀ ਤੁਰੇ ਫਿਰਦੇ ਆ, ਸੋ ਇਸ ਲਈ ਉਹਨਾਂ ਵਾਲੀਆਂ ਸੀਟਾਂ 'ਤੇ ਵੀ ਤੁਰੇ ਫਿਰਦੇ, ਉਹ ਕਿਉਂ ਦੇਣਗੇ? ਸੋ ਕਾਂਗਰਸ ਤੋਂ ਵੈਸੀ ਟ੍ਰੀਟਮੈਂਟ ਉਹਨਾਂ ਨੂੰ ਜੋ ਮਿਲਦਾ ਸ਼ੋਅ ਕਰ ਰਿਹਾ, ਉਹ ਇਸੇ ਕਰਕੇ ਹੀ ਉਹਦੇ ਹੱਥ 'ਚੋਂ ਹੋਇਆ ਨਾ, ਕਿ ਕਾਂਗਰਸ ਦਾ ਹੀ ਰੌਲਾ ਵੀ ਤੂੰ ਤਾਂ ਬਾਹਰ ਦਾ ਬੰਦਾ, ਆਮ ਆਦਮੀ ਪਾਰਟੀ ਦਾ ਤੂੰ ਜਿਹੜਾ ਉੱਥੇ ਦਾ ਕਾਂਗਰਸ ਦਾ ਲੀਡਰ, ਉਹ ਆਪਣੇ ਸਾਈਡ ਤਾਂ ਕਰਨਗੇ। ਸੋ ਇਸ ਲਈ ਮੁਸ਼ਕਲ ਲੱਗਦਾ ਕਿ ਇਹਨਾਂ ਨੂੰ ਉਹ ਟਿਕਟਾਂ ਦੇਣ। ਟਿਵਾਣਾ ਸਾਹਿਬ, ਤੁਸੀਂ ਸਮਾਂ ਦਿੱਤਾ, ਬਹੁਤ ਬਹੁਤ ਸ਼ੁਕਰੀਆ। ਧੰਨਵਾਦ ਜੀ, ਸ਼ੁਕਰੀਆ। ਇਹ ਸਨ ਪ੍ਰੋਫੈਸਰ ਬਲਵਿੰਦਰ ਸਿੰਘ ਟਿਵਾਣਾ ਜੀ, ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਵਾਗੀ ਵਿਧਾਇਕਾਂ 'ਤੇ ਆਪਣੇ ਵਿਚਾਰ ਰੱਖੇ ਨੇ। ਤੁਹਾਨੂੰ ਉਹਨਾਂ ਦੇ ਵਿਚਾਰ ਕਿਸ ਤਰ੍ਹਾਂ ਲੱਗੇ ਨੇ ਕਮੈਂਟ ਕਰਕੇ ਜ਼ਰੂਰ ਦੱਸਣਾ। ਅਗਲੀ ਵਾਰ ਕਿਸੇ ਹੋਰ ਮੁੱਦੇ 'ਤੇ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਦਿਓ ਆਗਿਆ, ਰੱਬ ਰਾਖਾ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਅਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਬਨੇਰਾ ਟੀਵੀ, ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਾਨ 'ਤੇ ਕਲਿੱਕ ਕਰੋ।